ਇਸ ਪ੍ਰਕਾਰ ਦੇ ਰੈਜ਼ੋਲੂਸ਼ਨ ਜਿਹੜੇ ਨੇ ਕਿ ਉਹ ਕਈ ਵਾਰ ਪੰਜਾਬ ਵਿਧਾਨ ਸਭਾ 'ਚ ਸਰਕਾਰ ਪਾ ਚੁੱਕੀ ਆ ਕਈ ਵਾਰ ਕਹਿ ਚੁੱਕੇ ਆ ਕਿ ਅਸੀਂ ਖੇਤੀ ਕਰੋਨਾ ਦੇ ਖਿਲਾਫ ਆ ਰੈਜ਼ੋਲੂਸ਼ਨ ਅਡਾਪਟ ਕਰਦੇ ਆਂ ਕਿ ਉਸੇ ਪ੍ਰਕਾਰ ਦਾ ਰੈਜ਼ੋਲੂਸ਼ਨ ਹੀ ਆ ਸੋ ਇਹ ਵੀ ਕਿਸੇ ਨਾ ਕਿਸੇ ਅਲਮਾਰੀ ਦਾ ਸ਼ਿੰਗਾਰ ਬਣ ਕੇ ਰਹਿ ਜਾਊਗਾ ਆ ਮਗਰ ਮੱਛ ਦੇ ਹੰਝੂ ਬਹਾਉਣ ਦੀ ਬਜਾਏ ਸਰਕਾਰ ਜਿਹੜੀ ਆ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਮਾਂ ਲਵੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੇ ਦੇਸ਼ ਦੇ ਹੋਮ ਮਿਨਿਸਟਰ ਨਾਲ ਗੱਲ ਕਰੇ ਉਸ ਦੀ ਗੱਲ ਆ ਕਿ ਅਜ 50 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਚੰਨੀ ਸਾਹਿਬ ਦੀ ਸਰਕਾਰ ਨੂੰ ਹਜੇ ਤੱਕ ਇਹਨਾਂ ਤੋਂ ਏਜੀ ਆਫਿਸ ਡੀਜੀਪੀ ਦਾ ਆਫਿਸ ਜਾਂ ਹੋਰ ਅਪਾਇੰਟਮੈਂਟਾਂ ਉਹੀ ਨਹੀਂ ਹੋ ਰਹੀਆਂ ਅੱਜ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਆ ਉਹ 15 ਮਿੰਟ ਚ ਨਿਬੜ ਗਈ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਸ ਤੋਂ ਇਲਾਵਾ ਕੋਈ ਕੰਮਕਾਜ ਅੱਜ ਦੇ ਦਿਨ ਦੀ ਕਾਰਵਾਈ ਚ ਸ਼ਾਮਿਲ ਨਹੀਂ ਕੀਤਾ ਗਿਆ ਹੁਣ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈ ਉਹ 11 ਤਰੀਕ ਨੂੰ ਅਮਲ ਚ ਲਿਆਂਦੀ ਜਾਏਗੀ ਔਰ ਉਸ ਵਿੱਚ ਜਿਹੜਾ ਮੇਨ ਜਿਹੜਾ ਮੁੱਦਾ ਆਣਾ ਹੈ ਜਾਂ ਏਜੰਡਾ ਆਣਾ ਉਹ ਹੈਗਾ ਭਾਰਤ ਪਾਕਿਸਤਾਨ ਸਿਮਾ ਦੀ ਜਿਹੜੀ ਬੀਐਸਐਫ ਨੂੰ ਜਿਹੜਾ ਅਧਿਕਾਰ ਦਿੱਤੇ ਗਏ ਨੇ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਸਾਡੇ ਨਾਲ ਹਰਪਾਲ ਚਿਮਾ ਜੀ ਆ ਜਿਹੜੇ ਕਿ ਵਿਰੋਧੀ ਧਰ ਦੇ ਨੇਤਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਜੇ ਜਦੀ ਇਹ ਏਜੰਡਾ ਵਿਧਾਨ ਸਭਾ ਵਿੱਚ ਪਾਸ ਹੋ ਜਾਂਦਾ ਕੀ ਇਹ ਜਿਹੜੇ ਅਧਿਕਾਰ ਬੀਐਸਐਫ ਨੂੰ ਸੈਂਟਰ ਗਵਰਨਮੈਂਟ ਨੇ ਦਿੱਤੇ ਆ ਕਿ ਇਹ ਵਾਪਸ ਹੋ ਜਾਣਗੇ ਇਹ ਕੀ ਜਾਂ ਫਿਰ ਇਹ ਵੀ ਜਿਹੜੇ ਤਿੰਨ ਖੇਤੀ ਕਾਨੂੰਨਾਂ ਵਾਲੇ ਜਿਹੜੇ ਕਾਨੂੰਨ ਐਸੀ ਰੱਦ ਕੀਤੇ ਸੀ ਉਸੇ ਤਰ੍ਹਾਂ ਇਹ ਵੀ ਇੱਕ ਮਤਲਬ ਕਿ ਲੋਕਾਂ ਦੀ ਅੱਖਾਂ ਵਿੱਚ ਤੂਲ ਚੋਕਨ ਦੇ ਸਾਬਤ ਹੋਏਗਾ ਸਰ ਮੈਂ ਸੋਥੋ ਇਹ ਜਾਨਣਾ ਚਾਹੁੰਦਾ ਹਾਂ ਜਿੱਦਾਂ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਵਿਧਾਨ ਸਭਾ ਉਸ ਤੋਂ ਬਾਅਦ ਅਸੀਂ ਗਵਰਨਰ ਹਾਊਸ ਜਾ ਕੇ ਅਸੀਂ ਦੇਖੇ ਵੀ ਆਏ ਸਾਰੇ ਪਾਰਟੀਆਂ ਦੇ ਨੁਮੰਦੇ ਜਾ ਕੇ ਉੱਥੇ ਦੇਖੇ ਵੀ ਆਏ ਤੇ ਲੇਕਿਨ ਉਸ ਤੇ ਕੁਝ ਵੀ ਨਹੀਂ ਹੋਇਆ ਅੱਜ ਤੱਕ ਕੁਝ ਨਹੀਂ ਹੋਇਆ ਹੁਣ ਕੇਂਦਰ ਸਰਕਾਰ ਨੇ ਕਰ ਦਿੱਤਾ ਵੀ ਪਾਕਿਸਤਾਨ ਭਾਰਤ ਦੇ ਬਾਰਡਰ ਤੇ ਜਿਹੜੀ ਸੀਮਾ ਹੈਗੀ ਆ ਬੀਐਸਐਫ ਤਨਾਤ ਆ ਬੀਐਸਐਫ ਨੂੰ ਰਾਈਟ ਦਿੱਤੇ ਆ 15 ਕਿਲੋਮੀਟਰ ਤੋਂ ਵਧਾ ਕੇ ਹੁਣ ਉਹ 50 ਕਿਲੋਮੀਟਰ ਕਰ ਦਿੱਤੇ ਔਰ ਅਸੀਂ ਵਿਧਾਨ ਸਭਾ ਚ ਇਹ ਮੁੱਦਾ ਲਿਆ ਰਹੇ ਨੇ ਤਾਂ ਕਿ ਅਸੀਂ ਸਿਰਫ ਸਹਿਮਤੀ ਨਾਲ ਇਹਨੂੰ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜੀਏ ਕੀ ਲੱਗਦਾ ਤੁਹਾਨੂੰ ਏ ਵੀ ਉਸੀ ਤਰ੍ਹਾਂ ਇੱਕ ਮਤਲਬ ਕਿ ਅੱਖਾਂ 'ਚ ਧੂਲ ਸਾਬਤ ਹੋਏਗੀ ਜਾਂ ਇਸ ਤੇ ਕੁਝ ਕਾਰਵਾਈ ਤੁਹਾਨੂੰ ਲੱਗਦਾ ਹੋਵੇਗੀ ਦੇਖੋ ਜਦੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ ਸੀਗਾ ਉਦੋਂ ਕੇਂਦਰ ਸਰਕਾਰ ਦੇ ਕਾਨੂੰਨ ਨਹੀਂ ਰੱਦ ਕੀਤੇ ਕਾਨੂੰਨ ਰੱਦ ਨਹੀਂ ਕੀਤੇ ਸੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਦੋਂ ਕਾਨੂੰਨਾਂ 'ਚ ਸੋਧ ਕੀਤੀ ਸੀਗੀ ਸੋਧ ਕਰਕੇ ਹਜੇ ਤੱਕ ਉਹ ਸੋਧ ਜਿਹੜੀ ਆ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਦੀ ਅਲਮਾਰੀ ਦਾ ਸ਼ਿੰਗਾਰ ਬਣ ਕੇ ਬੈਠੀ ਆ ਹਜੇ ਤੋ ﺍﻟमारी ਦੇ ਵਿੱਚ ਪੈਂਡਿੰਗ ਪਏ ਨੇ ਇੱਕ ਵੀ ਐਫਰਟ ਇੱਕ ਵੀ ਯਤਨ ਪੰਜਾਬ ਸਰਕਾਰ ਨੇ ਕਾਂਗਰਸ ਪਾਰਟੀ ਨੇ ਨਹੀਂ ਕੀਤਾ ਕਿ ਉਦੇਸ਼ ਦੇ ਰਾਸ਼ਟਰਪਤੀ ਸਾਹਿਬ ਕੋਲੇ ਪਹੁੰਚਣ ਇਹ ਜਿਹੜੇ ਰੈਜ਼ੋਲੂਸ਼ਨ ਦੀ ਗੱਲ ਕਰਦੇ ਹਾਂ ਆ ਜਿਹੜਾ ਤੁਹਾਡੇ ਹੱਥ ਦੇ ਵਿੱਚ ਆ ਇਹ ਰੈਜ਼ੋਲੂਸ਼ਨ ਜਿਹੜੇ ਨੇਗੇ ਇਸ ਇਸ ਪ੍ਰਕਾਰ ਦੇ ਰੈਜ਼ੋਲੂਸ਼ਨ ਜਿਹੜੇ ਨੇਗੇ ਉਹ ਕਈ ਵਾਰ ਪੰਜਾਬ ਵਿਧਾਨ ਸਭਾ 'ਚ ਸਰਕਾਰ ਪਾ ਚੁੱਕੀ ਆ ਕਈ ਵਾਰ ਕਹਿ ਚੁੱਕੇ ਆ ਕਿ ਅਸੀਂ ਖੇਤੀ ਕਰੋਨਾ ਦੇ ਖਿਲਾਫ ਆ ਰੈਜ਼ੋਲੂਸ਼ਨ ਅਡਾਪਟ ਕਰਦੇ ਆਂ ਕਿ ਉਸੇ ਪ੍ਰਕਾਰ ਦਾ ਰੈਜ਼ੋਲੂਸ਼ਨ ਆ ਸੋ ਇਹ ਵੀ ਕਿਸੇ ਨਾ ਕਿਸੇ ﺍﻟमारी ਦਾ ਸ਼ਿੰਗਾਰ ਬਣ ਕੇ ਰਹਿ ਜਾਊਗਾ ਸੋ ਪੰਜਾਬ ਤੁਸੀਂ ਦਰੁਸਤ ਫਰਮਾਇਆ ਕਿ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਯਤਨ ਜਿਹੜੀ ਆ ਉਹ ਚੰਨੀ ਸਾਹਿਬ ਦੀ ਸਰਕਾਰ ਕਰਦੀ ਆ ਪਹਿਲਾਂ ਇਹੀ ਕੰਮ ਮਾਨਯੋਗ ਪ੍ਰਾਣੇ ਮੁੱਖ ਮੰਤਰੀ ਸਾਹਿਬ ਜਿਹੜੇ ਕਿਉਂ ਮੁੱਖ ਮੰਤਰੀ ਨਹੀਂ ਕੈਪਟਨ ਸਾਹਿਬ ਕਰਦੇ ਰਹੇ ਹੁਣ ਉਸੇ ਪ੍ਰਕਾਰ ਦੇ ਕੰਮ ਚੰਨੀ ਸਾਹਿਬ ਕਰ ਰਹੇ ਨੇ ਕਿ ਇਹਨਾਂ ਦੇ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਪਰਣਾ ਇਹਨਾਂ ਗੱਲਾਂ ਦੇ ਨਾਲ ਉਹ ਜਿਹੜਾ ਐਕਟ ਗਵਰਨਮੈਂਟ ਆਫ ਇੰਡੀਆ ਨੇ ਕੀਤਾਗਾ ਉਹ ਜਿਹੜਾ ਐਕਟ ਮੋਦੀ ਸਾਹਿਬ ਦੀ ਸਰਕਾਰ ਨੇ ਕੀਤਾਗਾ ਉਹ ਵਾਪਸ ਨਹੀਂ ਹੋਣਾ ਸੋ ਮੈਂ ਸਮਝਦਾ ਮਗਰ ਮੱਛ ਦੇ ਹੰਝੂ ਬਹਾਉਣ ਦੀ ਬਜਾਏ ਸਰਕਾਰ ਜਿਹੜੀ ਆ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਮਾਂ ਲਵੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੇ ਦੇਸ਼ ਦੇ ਹੋਮ ਮਿਨਿਸਟਰ ਨਾਲ ਗੱਲ ਕਰੇ ਔਰ ਦੂਜਾ ਆਮ ਆਦਮੀ ਪਾਰਟੀ ਨਾਲ ਚੱਲਣ ਨੂੰ ਤਿਆਰ ਆ ਪਰ ਲੇਕਿਨ ਇਹ ਸਾਰੇ ਦੇ ਪਿੱਛੇ ਇਹ ਜਿਹੜਾ ਆ ਗਵਰਨਮੈਂਟ ਆਫ ਇੰਡੀਆ ਨੇ ਪਾਸ ਕੀਤਾ 15 ਤੋਂ ਲੈ ਕੇ 50% ਜਿਹੜੇ ਜੂਰਡਿਕਸ਼ਨ ਆ ਬੀਐਸਐਫ ਦੀ ਵਧਾਈ ਗਈ ਆ ਇਹਦੇ ਪਿੱਛੇ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਆ ਮੈਂ بڑے ਦਾਅਵੇ ਦੇਣਾ ਕਹਿਣਾਗਾ ਪਹਿਲਾਂ ਕੈਪਟਨ ਸਾਹਿਬ ਨੇ ਕੰਮ ਕੀਤਾ ਕੈਪਟਨ ਸਾਹਿਬ ਨੇ ਪਲਾਨ ਤਿਆਰ ਕੀਤਾ ਉਸ ਦੇ ਉੱਤੇ ਚੰਨੀ ਸਾਹਿਬ ਨੇ ਕੰਮ ਕੀਤਾ ਤੁਸੀਂ ਦੇਖੋ ਜਦੋਂ ਵੀ ਸੈਂਟਰ ਦੇ ਕਿਸੇ ਵੀ ਮਿਨਿਸਟਰ ਸਾਹਿਬਾਨ ਨੂੰ ਮਿਲਣ ਦੇ ਲਈ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਜਾਂਦੇ ਸੀ ਜਾ ਮੌਜੂਦਾ ਮੁੱਖ ਮੰਤਰੀ ਚੰਨੀ ਸਾਹਿਬ ਜਾਂਦੇ ਨੇ ਜਾ ਕੇ ਆ ਕੇ ਤੁਹਾਡੇ মিডিਆ ਦੇ ਸਾਹਮਣੇ ਕੀ ਕਹਿੰਦੇ ਨੇ ਕਿ ਪੰਜਾਬ ਦੀ ਸਿਕਿਉਰਿਟੀ ਨੂੰ ਖਤਰਾ ਹੈਗਾ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਚਾਹੇ ਗੁਲਦਸਤਾ ਦੇ ਕੇ ਦੇਣ ਜਾਣਾ ਹੋਵੇ ਚਾਹੇ ਕਾਰਸੀਸ ਇੱਕ ਮੀਟਿੰਗਸ ਹੋਣ ਬਾਹਰ ਆ ਕੇ ਕਹਿੰਦੇ ਨੇਗੇ ਕਿ ਪੰਜਾਬ ਦੀ ਇੰਟਰਨਲ ਤੇ ਐਕਸਟਰਨਲ ਸਿਕਿਉਰਿਟੀ ਨੂੰ ਖਤਰਾ ਹੈਗਾ ਪੰਜਾਬ ਦੀ ਅੰਦਰੂਨੀ ਤੇ ਬਾਹਰੀ ਸਿਕਿਉਰਿਟੀ ਨੂੰ ਖਤਰਾ ਹੈਗਾ ਸੋ ਬਾਰ-ਬਾਰ ਗਰਾਊਂਡ ਤਾਂ ਇਹਨਾਂ ਨੇ ਤਿਆਰ ਕੀਤਾ ਸੋ ਸੈਂਟਰ ਨੇ ਸਰਕਾਰ ਨੇ ਇੰਪੋਜ਼ ਕਰਤੀ ਆ ਪਾਬੰਦੀਆਂ ਇੰਪੋਜ਼ ਕਰਦੀਆਂ ਸਾਡਾ ਪੰਜਾਬ ਦਾ ਪੰਜਾਬ ਦੇ ਅੰਦਰ ਇੱਕ ਹੋਰ ਪੰਜਾਬ ਬਣਾ ਕੇ ਉਹਦੇ ਉੱਤੇ ਅਸਿੱਧੇ ਰੂਪ ਦੇ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ ਬੀਐਸਰ ਦੇ ਰਾਹੀਂ ਰਾਜ ਕਰਨਗੇ ਸੋ ਚੰਨੀ ਸਾਹਿਬ ਨੇ ਪੰਜਾਬ ਦੇ ਹਿੱਤ ਵਿੱਚ ਇਹਨੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਹਿੱਤ ਵਿੱਚ ਇਹਨੇ ਪਹਿਲਾਂ ਕੈਪਟਨ ਸਾਹਿਬ ਨੇ ਵੇਚੇ ਫਿਰ ਚੰਨੀ ਸਾਹਿਬ ਨੇ ਵੇਚੇ ਹੁਣੇ ਮਗਰਮੱਛ ਦੇ ਹੰਝੂ ਬਹਾਰ ਰਹੇ ਨੇਗੇ ਇਸੇ ਪ੍ਰਕਾਰ ਜਦੋਂ ਖੇਤੀ ਕਾਨੂੰਨ ਆਉਣੇ ਸੀਗੇ ਉਸ ਸਮੇਂ ਖੁਦ ਪੰਜਾਬ ਦੇ ਸਾਬਕਾ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਕਮੇਟੀ ਦੇ ਮੈਂਬਰ ਬਣੇ ਕੀ ਕਿਹਾ ਕਿ ਜਾ ਕੇ ਕਿ ਪੰਜਾਬ ਜਿਹੜਾਗਾ ਉਹ ਐਗਰੀਕਲਚਰ ਸਟੇਟ ਆ ਤੁਸੀਂ ਕਾਨੂੰਨ ਲੈ ਕੇ ਆਉਣ ਜਾ ਰਹੇ ਹੋ ਮੈਨੂੰ ਇਸ ਕਮੇਟੀ ਦਾ ਹਿੱਸਾ ਬਣਾਇਆ ਜਾਵੇ ਕਿਉਂਕਿ ਪੰਜਾਬ ਐਗਰੀਕਲਚਰ ਸਟੇਟ ਆ ਮੈਂਬਰ ਬਣ ਕੇ ਸਰਦਾਰ ਜੀ ਦਬਾਰੇ ਮੀਟਿੰਗ ਟੈਂਡੈਂਡ ਨਹੀਂ ਕਰਨਗੇ ਫਿਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਭੇਜਤਾ ਉਹ ਪਤਾ ਨਹੀਂ ਉੱਥੇ ਕਿਹੜਾ ਰਾਗ ਲਾਗ ਗਿਆ ਫਿਰ ਜਿਹੜੇ ਇੱਕ ਆਈਐਸ ਅਫਸਰ ਸੀਗੇ ਕਾਨ ਸਿੰਘ ਪੰਨੂ ਉਹਨਾਂ ਨੂੰ ਭੇਜਤਾ ਉਹਨਾਂ ਨੇ ਪਤਾ ਨਹੀਂ ਕੀ ਰੱਖਿਆ ਪੱਕ ਪੰਜਾਬ ਦਾ ਔਰ ਕਾਨੂੰਨ ਲਾਗੂ ਹੋ ਗਿਆ ਇਦਾ ਮਤਲਬ ਕੀ ਆ ਕਿ ਉਸ ਸਮੇਂ ਸਰਦਾਰ ਕੈਪਟਨ ਸਾਹਿਬ ਨੇ ਵੀ ਕਾਂਗਰਸ ਪਾਰਟੀ ਨੇ ਵੀ ਇਹ ਕਾਨੂੰਨ ਬਣਾਉਣ ਦੇ ਵਿੱਚ ਸਹਿਮਤੀ ਦਿੱਤੀ ਚਾਹੇ ਖੇਤੀਬਾੜੀ ਦੇ ਨੇਗੇ ਸੋ ਪੰਜਾਬ ਦੀ ਜਿਹੜੀ ਆ ਸਰਕਾਰ ਆ ਕਾਂਗਰਸ ਪਾਰਟੀ ਦੀ ਇਹ ਕੇਂਦਰ ਦੇ ਨਾਲ ਰਲਈ ਹੋਈ ਆ ਬੀਜੇਪੀ ਦੇ ਨਾਲ ਰਲਈ ਹੋਈ ਆ ਔਰ ਪੰਜਾਬ ਦੇ ਹਿੱਤ ਚਾਹੇ ਕਿਸਾਨ ਦੇ ਨੇਗੇ ਚਾਹੇ ਖੇਤ ਮਜ਼ਦੂਰ ਦੇ ਨੇਗੇ ਚਾਹੇ ਪੰਜਾਬ ਦੇ ਲੋਕਾਂ ਦੇ ਨੇਗੇ ਚਾਹੇ ਸਾਰੇ ਦੇ ਸਾਰੇ ਹਿੱਤ ਜਿਹੜੀ ਆ ਉਹ ਕੇਂਦਰ ਸਰਕਾਰ ਕੋਲੇ ਸਮੇ ਸਮੇਂ ਸਿਰ ਵੇਚਦੀ ਰਹੀ ਆ ਔਰ ਵੇਚ ਰਹੀ ਆ ਉਹਦਾ ਕਾਰਨ ਕੀ ਆ ਕਿ ਪੰਜਾਬ ਚ ਲੋਕ ਕਰਪਸ਼ਨ ਕਰਦੇ ਨੇ ਪੰਜਾਬ ਨੂੰ ਲੁੱਟਦੇ ਨੇਗੇ ਇਹਨਾਂ ਦੇ ਖਿਲਾਫ ਈਡੀ ਦੇ ਮੁਕਦਮੇ ਪੈਂਡਿੰਗ ਪਏ ਨੇ ਇਹਨਾਂ ਦੇ ਖਿਲਾਫ ਇਨਕਮ ਟੈਕਸ ਦੇ ਰੇਡਾ ਪੈਂਡ ਹੋਰ ਇੰਜਾਂ ਲਗੀਆਂ ਇਹਨਾਂ ਦੇ ਖਿਲਾਫ ਪਤਾ ਨਹੀਂ ਕਿਹੜੀਆਂ ਕਿੜੀਆਂ ਫਾਈਲਾਂ ਜੜੀਆਂ ਲਗੀਆਂ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪੰਜਾਂ ਰਗੀਆਂ ਸੋ ਇਸੇ ਗੱਲ ਕਰਕੇ ਕੇਂਦਰ ਸਰਕਾਰ ਜਦੋਂ ਚਾਹੁੰਦਾ ਇਹਨਾਂ ਦੀ ਮਾਂ ਮੋੜ ਲੰਦਾ ਇਹਨਾਂ ਤੋਂ ਦਸਕਤ ਕਰਕੇ ਗੂਠਾ ਲਗਵਾ ਲੰਦਾ ਜਿਮਾ ਸਾਹਿਬ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਜਿੱਦਾਂ ਤੁਸੀਂ ਕਿਹਾ ਵੀ ਇਹ ਸਿਰਫ ਇੱਕ ਦਿਖਾਵਾ ਹੈ ਫਿਰ ਇਹ 2 ਦਿਨ ਦਾ 70 ਕਿਉਂ ਦੇਖੋ ਪਹਿਲਾਂ ਜਿਹੜੀ ਅਨਾਉਂਸਮੈਂਟ ਹੋਈ ਸੀ ਉਹ ਇਹ ਹੋਈ ਸੀ ਕਿ ਇੱਕ ਦਿਨ ਦਾ اجلاس ਹੋਊਗਾ ਸਵੇਰੇ ਮਾਰਨਿੰਗ ਜਿਹੜੀਆਂ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਰਦਾਂਦਲੀਆਂ ਹੋਣਗੀਆਂ ਵਿਚਾਰੀਆਂ ਹੋਣਗੀਆਂ ਔਰ ਉਸ ਤੋਂ ਬਾਅਦ 11 ਵਜੇ ਦੁਬਾਰਾ ਹੌਸ ਜੁੜੂਗਾ ਸਾਰੇ ਮਾਮਲਿਆਂ ਤੇ ਚਰਚਾ ਹੋਊ ਔਰ ਇਹ ਸੀਗਾ ਪਰ ਲੇਕਿਨ ਇਹ ਸਾਰੇ ਦੇ ਪਿੱਛੇ ਜਿਹੜਾ ਵੱਡਾ ਪੰਜਾਬ ਤੇ ਲੋਕਾਂ ਦਾ ਸੰਵਿਧਾਨਕ ਹੱਕ ਆ ਜਿਹੜਾ ਤੁਹਾਡਾ ਵੀ ਹੱਕ ਆ ਪੰਜਾਬ ਦੇ ਹਰ ਇੱਕ ਵਸਿੰਦੇ ਦਾ ਹੱਕ ਆ ਕਿ ਮਾਨਸੂਨ ਸੈਸ਼ਨ ਹੋਣਾ ਚਾਹੀਦਾ ਬਿਲਕੁਲ ਸਰਦ ਰੁੱਤ ਦਾ ਸਮਾਗਮ ਹੋਣਾ ਚਾਹੀਦਾ ਉਹ ਕਿਉਂ ਨਹੀਂ ਹੋ ਰਿਹਾ ਉਹ ਲਗਾਤਾਰ ਪਿਛਲੇ ਲੰਬੇ ਅਰਸੇ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਿਹਿੰਦਾ ਸੈਸ਼ਨ ਕਰਾ ਕੇ ਉਹ ਫਾਰਮੈਲਟੀ ਪੂਰੀ ਕਰ ਲਈ ਅਸੀਂ ਬਿਲਕੁਲ ਕਿਉਂਕਿ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧ ਉਸੇ ਅਸੀਂ ਬਿਲਕੁਲ ਉਹਦੇ ਪਾਰਟਿਸਿਪੇਟ ਕਰਨਾ ਸੀ ਭਾਗ ਲੈਣਾ ਸੀਗਾ ਹੁਣਾਂ ਸਪੈਸ਼ਲ ਸੈਸ਼ਨ ਬੁਲਾ ਲਿਆ ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਸ ਸੈਸ਼ਨ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਹੋਣੀ ਆ ਆ ਸੁਹਾਣੇ ਤੇ ਇੱਕ ਲੜਕੀ ਚੜ੍ਹੀ ਹੋਈ ਆ ਉਹਦਾ ਵਿਆਹ ਹੋਏ ਨੂੰ ਉਹਦਾ ਵਿਆਹ ਹੋਏ ਨੂੰ ਬੱਚੀ ਦੇ ਨੂੰ 8 ਮਹੀਨੇ ਹੋਏ ਸੀਗੇ 8 ਮਹੀਨੇ ਬਾਅਦ ਉਹ ਟਾਵਰ ਤੇ ਚੜ ਕੇ ਪ੍ਰੋਟੈਸਟ ਕਰ ਰਹੀ ਆ ਦੋ ਆਪਣੇ ਦੋ ਹੋਰ ਸਾਥੀ ਨੌਜਵਾਨਾਂ ਦੇ ਨਾਲ ਇਸੇ ਤਰੀਕੇ ਕਿੰਨੇ ਹੀ ਬੇਰੁਜ਼ਗਾਰ ਨੇ ਕੋਈ ਪਟਿਆਲੇ ਟਾਵਰਾਂ ਤੇ ਚੜੇ ਬੈਠੇ ਨੇਗੇ ਕੋਈ ਭੁਖ ਹੜਤਾਲ ਤੇ ਆ ਕੋਈ ਮਰਨ ਵਰਤ ਤੇ ਆ ਇਸੇ ਪ੍ਰਕਾਰ ਪੰਜਾਬ ਦਾ ਦਲਿਤ ਵਰਗ ਜਿਹੜਾ ਹੈਗਾ ਉਹ ਹੜਤਾਲਾਂ ਤੇ ਉਹਨਾਂ ਦੇ ਬਣਦੇ ਸੰਵਿਧਾਨਕ ਹੱਕ ਉਹਨਾਂ ਨੂੰ ਨਹੀਂ ਮਿਲ ਰਹੇ ਨਾ ਸਕੀਮਾਂ ਮਿਲ ਰਹੀਆਂ ਨਹੀਂ ਆ ਪੰਜਾਬ ਦੇ ਆੜਤੀਆਂ ਦੀ ਗੱਲ ਕਰ ਲਈਏ ਵਪਾਰੀਆਂ ਦੀ ਗੱਲ ਕਰ ਲਈਏ ਸ਼ੈਲਰ ਮਾਲਕਾਂ ਦੀ ਗੱਲ ਕਰ ਲਈਏ ਸ਼ੈਲਰ ਮਾਲਕਾਂ ਦੀ ਪਾਲਿਸੀ ਨਹੀਂ ਬਣਾਈ ਹੈਗੀ ਸਰਕਾਰ ਨੇ ਇਸੇ ਤਰੀਕੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਪੰਜਾਬ ਦਾ ਵਰਗ ਕਿਹੜਾ ਨਹੀਂ ਹੈਗਾ ਕਿਹੜਾ ਜਿਹੜਾ ਹੈਗਾ ਹਿੱਸਾ ਨਹੀਂ ਹੈਗਾ ਪੰਜਾਬ ਦਾ ਜਿਹੜਾ ਅੱਜ ਦੁੱਖਾਂ ਦਰਦਾਂ ਦਾ ਸ਼ਿਕਾਰ ਇਸ ਸਰਕਾਰ ਕਰਕੇ ਹੋ ਰਿਹਾ ਸਰਕਾਰ ਉਹਨਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੇ ਲਈ ਘੱਟੋ-ਘੱਟ ਵਿਧਾਨ ਸਭਾ ਦਾ 15 ਦਿਨ ਦਾ ਸੈਸ਼ਨ ਬੁਲਾ ਲੇ ਔਰ ਲਾਈਵ ਜਿਹੜੀ ਆ ਲਾਈਵ ਟੈਲੀਕਾਸਟ ਤੁਹਾਡੇ ਕੈਮਰਿਆਂ ਦੇ ਰਾਹੀਂ ਲੋਕਾਂ ਨੂੰ ਦਿਖਾ ਦੇ ਕਿ ਅਸੀਂ ਤੁਹਾਡੀ ਗੱਲ ਸੁਣ ਰਿਹਾ ਸਰਕਾਰ ਤਾਂ ਚੰਨੀ ਸਾਹਿਬ ਦੀ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੀ ਆ ਜਿਹੜੀ ਸਰਕਾਰ ਲੋਕਾਂ ਦੀ ਗੱਲ ਸੁਣਨ ਤੋਂ ਭੱਜਦੀ ਆ ਲੋਕਾਂ ਨੂੰ ਇਨਸਾਫ ਕੀ ਦੇਊਗੀ ਇਨਸਾਫ ਕੀ ਦੇਊਗੀ ਸਮਝ ਸਮਝਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾਗਾ ਉਹ 15 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਔਰ ਦੋ ਦੋ ਦਿਨ ਨੌਜਵਾਨਾਂ ਨੂੰ ਕਿਸਾਨਾਂ ਨੂੰ ਦਲਤਾਂ ਨੂੰ ਗਰੀਬ ਲੋਕਾਂ ਨੂੰ ਪੰਜਾਬ ਦੇ ਨੂੰ ਵਪਾਰੀਆਂ ਨੂੰ ਮੁਲਾਜ਼ਮਾਂ ਨੂੰ ਸਮਰਪਿਤ ਹੋਣਾ ਚਾਹੀਦਾ ਔਰ ਉਸ اجلاس ਦੇ ਵਿੱਚ ਲਾਈਵ ਟੈਲੀਕਾਸਟ ਹੋਵੇ ਪੰਜਾਬ ਦੇ ਹਰੇਕ ਮਾਮਲੇ ਦੇ ਉੱਤੇ ਜਿਹੜੀ ਆ ਪਖਵੀਂ ਬਹਿਸ ਹੋਵੇ ਤਾਂ ਕਿ ਇੱਕ ਰੋਡਮੈਪ ਤਿਆਰ ਹੋ ਜੇ ਉਹਨਾਂ ਮੰਗਾਂ ਦੇ ਉੱਤੇ ਡਿਸਕਸ਼ਨ ਤੋਂ ਬਾਅਦ ਹੱਲ ਲਾ ਵੀ ਕੀ ਹੱਲ ਹੋਊਗਾ ਔਰ ਵੱਡੀ ਅਫਸੋਸ ਦੀ ਗੱਲ ਆ ਕਿ ਅੱਜ 50 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਚੰਨੀ ਸਾਹਿਬ ਦੀ ਸਰਕਾਰ ਨੂੰ ਹਜੇ ਤੱਕ ਇਹਨਾਂ ਤੋਂ ਏਜੀ ਆਫਿਸ ਡੀਜੀਪੀ ਦਾ ਆਫਿਸ ਜਾਂ ਹੋਰ ਅਪਾਇੰਟਮੈਂਟਾਂ ਉਹੀ ਨਹੀਂ ਹੋ ਰਹੀਆਂ ਅਜੇ ਤੱਕ ਤਾਂ ਇਹਨਾਂ ਦੇ ਜਿਹੜੇ ਸਾਥੀ ਨੇਗੇ ਉਹਨਾਂ ਨੇ ਉਹਨਾਂ ਜਿਹੜੇ ਮੰਤਰੀ ਬਣੇ ਨੇ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈਗਾ ਕਿ ਅਸੀਂ ਮੰਤਰੀ ਰਹਾਂਗੇ ਜਾਂ ਨਹੀਂ ਬਣਾਂਗੇ ਅਜੇ ਤੱਕ ਤਾਂ ਉਹਨਾਂ ਨੇ ਆਪਣੇ ਆਪਣੇ ਕੋਠੀਆਂ ਤੱਕ ਨਹੀਂ ਸਾਂਭੀਆਂ ਤਾਂ ਹੀ ਨਹੀਂ ਸਾਂਭੀਆਂ ਉਹਨਾਂ ਨੂੰ ਲੱਗਦਾ ਕਿ ਆਪਣੇ ਘਰਾਂ 'ਚ ਰਹੋ ਪਤਾ ਨਹੀਂ ਕਿਹੜੀ ਕੋਠੀਆਂ ਦੀ ਗੱਲ ਕਰ ਰਹੇ ਪਤਾ ਨਹੀਂ ਕਦੋਂ ਬੋਰੀ ਬਿਸਤਰਾ ਬਣ ਕੇ ਭਜਣਾ ਪੈ ਜੇ ਇੱਥੋਂ ਆ ਸਾਰੀਆਂ ਜਿੰਨੀਆਂ ਕੋਠੀਆਂ ਸੈਕਟਰ 39 A ਦੀਆਂ ਨੇਗੀਆਂ ਕੋਈ ਵੀ ਮਿਨਿਸਟਰ ਕਿਉਂ ਨਹੀਂ ਆਇਆ ਤਾਂ ਨਹੀਂ ਆਇਆ ਉਹਨਾਂ ਨੂੰ ਪਤਾਗਾ ਵੀ ਪਤਾ ਨਹੀਂ ਕਦੋਂ ਉੱਤੋਂ ਹਾਈ ਕਮਾਂਡ ਦਾ ਫਰਮਾਨ ਆ ਜਾਵੇ ਵੀ ਜਾਓ ਸਰਦਾਰ ਜੀ ਤੁਹਾਡੀ ਛੁੱਟੀ ਆ ਡਾ ਮਿਸਟਰ ਸੇਵਨ ਡਾ ਮਿਸਟਰ ਸੇਵਨ ਤੁਸੀਂ ਬਾਹਰ ਚਲੇ ਜਾਓ ਤੁਹਾਡੀ ਛੁੱਟੀ ਆ ਸੋ ਇਹ ਵਿਸ਼ਵਾਸ ਜਿਹੜਾ ਬੇਵਿਸ਼ਵਾਸੀ ਜਿਹੜੀ ਆ ਸਰਕਾਰ ਦੇ ਵਿੱਚ ਪੈਦਾ ਹੋਈ ਹੋਈ ਆ ਔਰ ਅੱਜ ਪੰਜਾਬ ਲਵਾਰਸ ਆ ਸਰਕਾਰ ਵਜੋਂ ਇੱਕ ਸਰਕਾਰ ਵਜੋਂ ਸਰਕਾਰ ਲਾਵਾ ਪੰਜਾਬ ਲਵਾਰਸ ਆ ਕੋਈ ਵੀ ਕੰਮ ਕਿਸੇ ਵੀ ਮਹਿਕਮੇ ਦਾ ਨਹੀਂ ਹੋ ਰਿਹਾ ਪੰਜਾਬ ਜਿਵੇਂ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਮੈਂ ਅਕਾਲੀ ਬੀਜੇਪੀ ਦੀ ਜਦੋਂ 10 ਸਾਲ ਸਰਕਾਰ ਰਹੀ ਆ ਉਸ ਸਮੇਂ ਵੀ ਮੈਂ ਵਿਧਾਨ ਸਭਾ ਕਵਰ ਕਰਦਾ ਰਿਹਾ ਮੈਂ ਜਾਂਦਾ ਰਿਹਾ ਉਸ ਸਮੇਂ ਕਾਂਗਰਸ ਪਾਰਟੀ ਲਗਾਤਾਰ ਇਹ ਮੁੱਦਾ ਚੱਕਦੀ ਰਹੀ ਹੈ ਕਿ ਜਿਹੜਾ ਵਿਧਾਨ ਸਭਾ ਸੱਤਰ ਹੈ ਇਸ ਦੀ ਜਿਹੜੀ ਅਬਦੀ ਹੈ ਉਹ ਵਧਾਈ ਜਾਣੀ ਚਾਹੀਦੀ ਹੈ ਮਿਨਿਮਮ 15 ਦਿਨ ਦੀ ਅਬਦੀ ਹੋਣੀ ਚਾਹੀਦੀ ਹੈ ਤੇ ਅਕਾਲੀ ਬੀਜੇਪੀ ਦੀ ਸਰਕਾਰ ਚੱਲੀ ਗਈ 2017 ਚ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਜਿਹੜੇ ਸੈਸ਼ਨ ਅਕਾਲੀ ਭਾਜਪੀ ਦੀ ਸਰਕਾਰ ਚ 4-4 5-5 ਦਿਨ ਜਾਂ ਹਫਤਾ-ਹਫਤਾ ਦੇ ਹੁੰਦੇ ਸੀਗੇ ਜਿਹਨੂੰ ਵਧਾ ਕੇ 15 ਦਿਨ ਦੀ ਮੰਗ ਕੀਤੀ ਜਾਂਦੀ ਸੀ ਜਾਂ ਮਹੀਨੇ ਦੀ ਮੰਗ ਕੀਤੀ ਜਾਂਦੀ ਸੀ ਇਹਨਾਂ ਨੇ ਉਹਨੂੰ ਵਿਧਾਨ ਦੀ ਬਜਾਏ ਉਹਨਾਂ ਨੂੰ ਘਟਾ ਦਿੱਤਾ ਹੁਣ ਤੁਸੀਂ ਤੁਸੀਂ ਮੈਂ ਮੈਂ ਉਸੇ ਗੱਲ ਤੇ ਆ ਹੁਣ ਤੁਸੀਂ ਉਹ ਮੰਗ ਕਰਨ ਲੱਗ ਗਏ ਵੀ ਨਹੀਂ ਯਾਰ ਇਸ ਜਿਹੜਾ 70 ਹੈ ਇਹਨੂੰ ਵਧਾਇਆ ਜਾਣਾ ਚਾਹੀਦਾ ਹੁਣ ਦੇਖੋ 2 ਦਿਨ ਦਾ 70 ਹੈ ਮੈਨੂੰ ਇਹ ਲੱਗਦਾ ਵੀ ਜਿਸ ਦਿਨ ਅਗਲੀ ਵਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕਦੀ ਇਹੀ ਨਾ ਹੋਵੇ ਤਾਂ ਸਭਾਲਾ ਸੱਤਰੀਏ ਖਤਮੀ ਨਾ ਕਰ ਦਿੱਤਾ ਜਾਵੇ ਵੀ ਆਹ ਯਾਰ ਲਾਚ ਇਸ ਦੀ ਜ਼ਰੂਰਤ ਹੀ ਨਹੀਂ ਐ ਸਿੱਧਾ ਹੀ ਸਰਕਾਰ ਲੋਕਾਂ ਦੇ ਕੰਮ ਆਪੇ ਹੀ ਕਰਾਈ ਜਾਊਗੀ। ਦੇਖੋ ਉਸ ਸਮੇਂ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਉਸ ਸਮੇਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰਾਜਾ ਬਰਿੰਗ ਜੀ ਰਾਤ ਨੂੰ ਸਟੇ ਕਰਦੇ ਨੇਗੇ ਚੰਨੀ ਸਾਹਿਬ ਉੱਥੇ ਰਾਤ ਨੂੰ ਸੌਂਦੇ ਨੇਗੇ ਰਾਤ ਨੂੰ ਆਪਣੀਆਂ ਬਰਸ਼ ਕਰਦੇ ਦੀਆਂ ਨਹਾਉਂਦੇਆਂ ਦੀਆਂ ਬਾਥਰੂਮ ਚ ਜਾਂਦੇਆਂ ਦੀਆਂ ਸਾਰੀਆਂ ਫੋਟੋਆਂ ਖਿੱਚ-ਖਿੱਚ ਕੇ ਟਵੀਟ ਕਰਦੇ ਸੀ ਮੀਡੀਆ ਨੂੰ ਜਾਰੀ ਕਰਦੇ ਸੀਗੇ ਸੋ ਅੱਜ ਕੀ ਇਹਨਾਂ ਨੂੰ ਜਿਹੜਾ ਹੈਗਾ ਕੀ ਸੱਪ ਸੁng ਗਿਆ ਕੀ ਆਪ ਦੇ ਜਿਹੜੀ ਇਹਨਾਂ ਦੀ ਡਿਮਾਂਡ ਤੀ ਉਤੋਂ ਹੀ ਭੱਜ ਕੇ ਇਹ ਤਾਂ ਡਿਮਾਂਡ ਇਹਨਾਂ ਦੀ ਸੀਗੀ ਜਿਹੜੀ ਬਿਲਕੁਲ ਕਿ درست ਡਿਮਾਂਡ ਆ ਸੋ ਅੱਜ ਮੈਂ ਰਾਜਾ ਜੀ ਨੂੰ ਮੈਂ ਚੰਨੀ ਸਾਹਿਬ ਨੂੰ ਅੱਜ ਮੁੱਖ ਮੰਤਰੀ ਨੇ ਕਿ ਪੰਜਾਬ ਦੇ ਮਨ ਜੋ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਕੀ ਹੋ ਗਿਆ ਅਜੇ ਹਾ ਕਿ ਤੁਸੀਂ ਵੀ ਉਸੇ ਲਾਹ ਤੇ ਤੁਰਪੇ ਜਿਹੜੇ ਰਾਹ ਤੇ ਕਾਲੀ ਦਲ ਬੀਜੇਪੀ ਵਾਲਾ ਸੀਗਾ ਇਹ ਸੱਤਾ ਹਥਿਆਉਣ ਦੇ ਲਈ ਸਾਰੇ ਡਰਾਮੇਬਾਜ਼ੀਆ ਕਰਦੇ ਨੇ ਜਿਵੇਂ ਹੁਣ ਡਰਾਮੇਬਾਜ਼ੀ ਕਰ ਰਹੇ ਨੇ ਕਿ ਕਦੇ ਕਿਸੇ ਨੂੰ ਰੋਕ ਕੇ ਛੱਗਨ ਦੇਤਾ ਕਦੇ ਕਿਸੇ ਦੇ ਘਰ ਚ ਆ ਕੇ ਕਿਸੇ ਬਜ਼ੁਰਗ ਔਰਤ ਨੂੰ ਜਫੀ ਪਾ ਲਈ ਕਦੇ ਕੁਛ ਕਰ ਲੈ ਇਹ ਸਾਰੀਆਂ ਡਰਾਮੇਬਾਜ਼ੀਆਂ ਚੰਡੀਗੜ੍ਹ ਦੇ 30 35 ਕਿਲੋਮੀਟਰ ਦੇ ਇਲਾਕੇ ਚ ਹੋ ਰਹੀਆਂ ਜਨਗੀਆਂ ਔਰ ਪ੍ਰੈਸ ਦੇ ਜਰੀਏ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਨੇਗੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਆਮ ਆਗਾ ਜਦੋਂ ਮੈਂ ਸਮਝਦਾ ਸਿਰਫ ਤੇ ਸਿਰਫ 2022 ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਆ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਪਰਣਾ ਜੋ ਕੁਝ ਹੋ ਰਿਹਾ ਹੈਗਾ ਇਹਦੇ ਨਾਲ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੈਨੂੰ ਇਹ ਲੱਗਦਾ ਵੀ ਜਿਹੜੀ ਚੰਨੀ ਸਾਹਿਬ ਜੋ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਹ ਸਿਰਫ ਵਿਧਾਨ ਸਭਾ ਦਾ ਇਲੈਕਸ਼ਨ ਤੱਕ ਹੀ ਆ ਜਿਸ ਦਿਨ ਇਲੈਕਸ਼ਨ ਖਤਮ ਹੋ ਗਏ ਉਸ ਤੋਂ ਬਾਅਦ ਚੰਨੀ ਸਾਹਿਬ ਲੋਕਾਂ ਦੇ ਵਿੱਚ ਨਜ਼ਰ ਨਹੀਂ ਆਣਗੇ ਬਿਲਕੁਲ 2011 ਤੋਂ ਪਹਿਲਾਂ ਕੈਪਟਨ ਸਾਹਿਬ ਕਾਫੀ ਵਿਦ ਕੈਪਟਨ ਯੂਨੀਵਰਸਟੀਆਂ ਚ ਨੌਜਵਾਨਾਂ ਕੋਲੇ ਬੈ ਕੇ ਮੈਂ ਰੁਜ਼ਗਾਰ ਦੇਵਾਂਗਾ ਉਹ ਕਾਰਜ ਜਾਰੀ ਕਰਦੇ ਸੀ ਆ ਮੇਰੀ ਮੋਹਰਾ ਇਹ ਕਰਦੇ ਹੁੰਦੇ ਸੀ ਨਾ ਜਦੋਂ ਇਲੈਕਸ਼ਨ ਜਿੱਤ ਕੇ ਉਸੇ ਸਮੇਂ ਇੱਕ ਅੱਛਾ ਜਿਹਾ ਫਾਰਮ ਹਾਊਸ ਇਸਮਾਚ ਬਣਾ ਲਿਆ ਚੰਗੇ ਚੰਗੇ ਤਲਾਬ ਬਣਾ ਲਏ ਆਰਾਮ ਨਾਲ ਉੱਥੇ ਨਹਾਉਂਦੇ ਸੀ ਸੌਂਦੇ ਸੀਗੇ ਆਪਣੀ ਹਯਾਸ਼ੀ ਆਪਣੀ ਐਸ਼ ਪ੍ਰਸਤੀ ਉੱਥੇ ਕਰਦੇ ਸੀਗੇ ਸੋ ਇਹਨਾਂ ਲੋਕਾਂ ਦੇ ਏਜੰਡੇ ਤੇ ਪੰਜਾਬ ਦੇ ਲੋਕ ਨਹੀਂ ਹੈਗੇ ਪੰਜਾਬੀ ਨਹੀਂ ਹੈਗੇ ਇਹ ਇਹਨਾਂ ਦੇ ਏਜੰਡੇ ਤੇ ਸਿਰਫ ਤੇ ਸਿਰਫ ਲੁੱਟਾ ਲੋਕਾਂ ਦੀ ਲੋਕਾਂ ਦੇ ਅਧਿਕਾਰਾਂ ਦੀ ਲੁੱਟਾ ਲੋਕਾਂ ਨੂੰ ਜਿਹੜੀਆਂ ਮਿਲਦੀਆਂ ਸਹੂਲਤਾਂ ਨੇ ਉਹਨਾਂ 'ਚ ਕਰਾਪਸ਼ਨ ਕਰਨ ਦੀ ਲੁੱਟਾ ਅੱਜ ਇਹੀ ਕਾਰਨ ਹੈ ਕਿ ਅੱਜ ਪੰਜਾਬ ਇੱਕ ਕਰਜ਼ਈ ਸਟੇਟ ਬਣ ਗਿਆ। ਅੱਜ ਪੰਜਾਬ ਇੱਕ ਕਰਜ਼ਈ ਸਟੇਟ ਆ ਔਰ ਸਾਰੇ ਰਾਜਾਂ ਤੋਂ ਵੱਧ ਕਰਜ਼ਾ ਪੰਜਾਬ ਤੇ ਆ। 3 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਤੇ ਔਰ ਪੰਜਾਬ ਦਾ ਬੱਚਾ-ਬੱਚਾ ਪੰਜਾਬ ਛੱਡ ਕੇ ਅਮਰੀਕਾ, ਅੰਗਲੈਂਡ, ਜਰਮਨ, ਫਰਾਂਸ ਜਾਣਾ ਚਾਹੁੰਦਾ, ਚੌਣੀ ਰਹਿਣਾ ਚਾਹੁੰਦਾ। ਇੱਕ ਬੇਵਿਸ਼ਵਾਸੀ ਦਾ ਮਾਹੌਲ ਬੱਚਿਆਂ 'ਚ ਪੈਦਾ ਹੋ ਗਿਆ। ਬੱਚਿਆਂ ਨੂੰ ਲੱਗਿਆ ਕਿ ਸਾਡੇ ਤੇ ਰਾਜ ਕਰਨ ਵਾਲੀਆਂ ਜੜੀਆਂ ਜਮਾਤਾਂ ਨੇਗੀਆਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਲੱਗਾ। ਆ ਜਿਹੜੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਜੀ ਕਰਦੇ ਦੇਣਗੇ ਮੈਂ ਹੈਰਾਨ ਆਗਾ ਪਹਿਲਾਂ ਆਪ ਜਦੋਂ ਇਹਨਾਂ ਦਾ ਰਾਜ ਸੀਗਾ ਜਦੋਂ ਇਹਨਾਂ ਦਾ ਰਾਜ ਸੀਗਾ 10 ਸਾਲ ਰਾਜ ਰਹਾ ਕਿਵੇਂ ਪੰਜਾਬ ਦੇ ਬੱਚਿਆਂ ਨੂੰ ਕੁੱਟਿਆ ਕਿਵੇਂ ਉਹਨਾਂ ਨੂੰ ਬਰਬਾਦ ਕੀਤਾ ਕਿਵੇਂ ਪੰਜਾਬ ਵਿੱਚ ਬਾਹਰਲੇ ਰਾਜਾਂ ਦੇ ਬੰਦੇ ਆ ਕੇ ਭਰਤੀ ਕੀਤੇ ਪੰਜਾਬ ਦੇ ਵਿੱਚ ਬਾਹਰਲੇ ਰਾਜਾਂ ਤੋਂ ਵਿਅਕਤੀ ਜਿਹੜੇ ਚਾਹੇ ਉਹ ਪੁਲਿਸ ਦੀ ਗੱਲ ਕਰ ਲਈ ਜਾਂ ਹੋਰ ਲੈ ਕੇ ਆਉਣ ਦੀ ਸ਼ੁਰੂਆਤ ਸਰਦਾਰ ਸੁਖਵੀਰ ਸਿੰਘ ਬਾਦਲ ਨੇ 2013 ਚ ਕੀਤੀ ਸੀਗੀ आज ओसे रवाय दु कांग्रेस चला रही है सो सारे इको 43 ਦੇ ਚਟੇ ਵਟੇ ਨੇਗੇ ਔਰ ਸਾਰੇ ਇਕੱਠੇ ਨੇਗੇ ਸਾਰੇ ਇਕੱਠੇ ਨੇ 2017 ਚ ਇਕੱਠੇ ਹੋਗੇ ਸੀ ਹੁਣ ਵੀ ਇਕੱਠੇ ਹੋ ਰਹੇ ਨੇ ਪਰ ਲੇਕਿਨ ਇਸ ਵਾਰ ਆਮ ਆਦਮੀ ਪੰਜਾਬ ਦਾ ਜਾਗ ਪਿਆ ਅਵੇਅਰ ਹੋ ਗਿਆ ਸੁਚੇਤ ਹੋ ਗਿਆ ਔਰ ਇਸ ਵਾਰ ਇਹਨਾਂ ਨੂੰ ਬਿਲਕੁਲ ਧੂੜ ਚਟਾਉਣਗੇ ਚਾਹ ਅਕਾਲੀ ਦਲ ਆ ਚਾਹ ਕਾਂਗਰਸਾ ਚਾਹ ਭਾਜਪਾ ਆ ਚਾਹ ਭਵਜਨ ਸਾਰੇ ਸਾਰਿਆਂ ਨੂੰ ਧੂੜ ਚੜਾ ਕੇ ਪੰਜਾਬ ਚੋਂ ਬਾਹਰਗੇ ਇਸ ਵਾਰ ਆਮ ਲੋਕ ਆਮ ਘਰਾਂ ਦੇ ਮੁੰਡੇ ਕੁੜੀਆਂ ਪੰਜਾਬ ਦੀ ਵਿਧਾਨ ਸਭਾ ਚੋਂਗੇ ਔਰ ਪੰਜਾਬ ਦੇ ਸਾਰੇ ਮਾਮਲੇ ਦਾ ਹੱਲ ਕਰਕੇ ਇੱਕ ਅੱਛੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਔਰ ਮੈਂ ਸਮਝਦਾ ਜੋ ਦਿੱਲੀ ਦੇ ਵਿੱਚ ਕੀਤਾਗਾ ਜੋ ਕੀਰਤੀਮਾਨ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਸਥਾਪਿਤ ਕੀਤੇ ਨੇਗੇ ਜ਼ਮੀਨ ਪੱਥਰ ਗੱਡੇ ਨੇਗੇ ਉਹ ਸਭੇ ਕਿਤੇ ਵੱਧ ਜਿਹੜਾ ਹੈਗਾ ਕੰਮ ਪੰਜਾਬ 'ਚ ਕਰਾਂਗੇ ਔਰ ਪੰਜਾਬ ਨੂੰ ਹਿੰਦੁਸਤਾਨ ਦਾ ਭਾਰਤ ਦਾ ਮੱਥੇ ਦਾ ਜਿਹੜਾ ਚੰਦ ਬੜਾਵਾਂਗੇ ਜੀ ਮੱਸਾ ਮੈਂ ਤੁਸੀਂ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਤੋਂ ਚਲੋ ਹਮੇ ਹੀ ਭਰਦਾ ਹਾਂ ਵੀ ਹਾਂ ਜਦੋਂ ਜਦ ਦੀ ਤੁਹਾਡੀ ਸਰਕਾਰ ਬਣਦੀ ਹੈ ਮੈਂ ਇਹ ਚਾਹਣਾ ਚਾਹੁੰਦਾ ਹੈ ਵੀ ਜਦ ਦੀ ਤੁਹਾਡੀ ਸਰਕਾਰ ਬਣ ਗਈ ਤੁਸੀਂ ਤਾਂ ਇਹਨਾਂ ਵੱਲੋਂ ਇਹਨਾਂ ਵਾਂਗੂ ਨਹੀਂ ਕਰੋਗੇ ਵੀ ਹਾਂ ਯਾਰ ਵਿਧਾਨ ਸਭਾ ਦਾ 70 ਜਿਹੜਾ ਹਫਤੇ 8 10 ਦਿਨਾਂ ਤੋਂ ਕਢਾ ਕੇ 2 ਦਿਨਾਂ ਦਾ ਕਰ ਦਿੱਤਾ ਤੁਸੀਂ ਆਪਣੀ ਗੱਲ ਤੇ ਕਾਇਮ ਰਹੋਗੇ ਵੀ ਹਾਂ ਯਾਰ ਮਿਨੀਮਮ 15 ਦਿਨ ਦਾ 15 ਦਿਨ ਦਾ ਗਰਮੀਆਂ 'ਚ 15 ਦਿਨ ਦਾ ਸਰਦੀਆਂ 'ਚ ਵਿਧਾਨ ਸਭਾ ਦਾ 70 ਮਿਨੀਮਮ ਹੋਣਾ ਚਾਹੀਦਾ ਜ਼ਰੂਰੀ ਆ ਔਰ ਇਸ ਦਾ ਲਾਈਵ ਟੈਲੀਕਾਸਟ ਤਾਂ ਕਿ ਲੋਕਾਂ ਨੂੰ ਇਹ ਪਤਾ ਚੱਲੇ ਵੀ ਹਾਂ ਯਾਰ ਵਿਧਾਨ ਸਭਾ ਵਿੱਚ ਕਿਹੜੇ ਬੰਦੇ ਉਹਨਾਂ ਦੀ ਗੱਲ ਚੱਕ ਰਹੇ ਨੇ ਕਿਹੜੇ ਮੁੱਦਿਆਂ ਤੇ ਡਿਸਕਸ਼ਨ ਹੁੰਦੀ ਆ ਔਰ ਕੀ ਡਿਸਕਸ਼ਨ ਹੁੰਦੀ ਆ ਔਰ ਕੀ ਰਿਜ਼ਲਟ ਨਿਕਲਦਾ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਪਤਾ ਜੇ ਤੁਸੀਂ ਕੀ ਇਸ ਗੱਲ ਤੇ ਹਮੇ ਭਰਦੇ ਹੋ ਵੀ ਹਾਂ ਯਾਰ ਸੋਢੀ ਜਿਹਦੀ ਸਰਕਾਰ ਬਣੀ ਤਾਂ ਇਹ ਗੱਲਾਂ ਜ਼ਰੂਰ ਲਾਗੂ ਕੀਤੀਆਂ ਜਾਣੀਆਂ ਦੇਖੋ ਦਿੱਲੀ ਦੀ ਵਿਧਾਨ ਸਭਾ ਦਾ ਲਾਈਵ ਪ੍ਰਸਾਰਣ ਹੁੰਦਾਗਾ ਲਾਈਵ ਟੈਲੀਕਾਸਟ ਹੁੰਦਾਗਾ ਦੇਸ਼ ਦੀ ਰਾਜ ਸਭਾ ਦਾ ਦੇਸ਼ ਦੀ ਲੋਕ ਸਭਾ ਦਾ ਲਾਈਵ ਟੈਲੀਕਾਸਟ ਹੁੰਦਾਗਾ ਫਿਰ ਪੰਜਾਬ ਦੀ ਵਿਧਾਨ ਸਭਾ ਦਾ ਕਿਉਂ ਨਾ ਹੋਵੇ ਬਈ ਫਿਰ ਕਿਉਂ ਨਾ ਪੰਜਾਬ ਦੀ ਵਿਧਾਨ ਸਭਾ ਦਾ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਿਲਕੁਲ 100% ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਲਾਈਵ ਟੈਲੀਕਾਸਟ ਕਰਾਂਗੇ ਕਿਉਂਕਿ ਉਸ ਲਾਈਵ ਟੈਲੀਕਾਸਟ ਦੇ ਦੌਰਾਨ ਮੰਨ ਲਓ ਡਿੜਬੇ ਦੇ ਹਲਕੇ ਦੀਆਂ ਸਮੱਸਿਆਵਾਂ ਦੀ ਗੱਲ ਆ ਗਈ ਡਿੜਬੇ ਦੇ ਪਿੰਡ ਕੌਰੀਆਂ ਦੇ ਹਸਪੀਟਲ ਦੀ ਗੱਲ ਆ ਗਈ ਛਾਜਲੀ ਪਿੰਡ ਦੇ ਸਕੂਲ ਦੀ ਗੱਲ ਆ ਗਈ ਡਿੜਬੇ ਹਲਕੇ ਦੇ ਕਾਲਜ ਦੀ ਗੱਲ ਆ ਗਈ ਉਹ ਅਸੀਂ ਤਾਂ ਹੀ ਕਿ ਉੱਥੇ ਕਰਾਂਗੇ ਤਾਂ ਹੀ ਦਰਵੇ ਦੇ ਲੋਕਾਂ ਨੂੰ ਪਤਾ ਲੱਗੂਗਾ ਨਾ ਵੀ ਕਿੰਨੀ ਵਾਰ ਸਾਡਾ ਵਿਧਾਇਕ ਬੋਲਿਆ ਕਿੰਨੀ ਵਾਰ ਸਰਕਾਰ ਤੇ ਗੱਲ ਮੈਂ ਕਹਿੰਦਾ ਚਾਹੇ ਵਿਰੋਧੀ ਧਿਰ ਹੋਵੇ ਜੇਕਰ ਵਿਰੋਧੀ ਧਿਰ ਬੈਠੀ ਆ ਉਹਦੇ ਵੀ ਅੱچھے ਸੁਝਾਵਾਂ ਨੂੰ ਸਰਕਾਰ ਨੂੰ ਲੈਣਾ ਚਾਹੀਦਾ ਸਰਕਾਰ ਨੂੰ ਉਹਦੇ ਅੱچھے ਸੁਝਾਵਾਂ ਨੂੰ ਲੈ ਕੇ ਇੰਪਲੀਮੈਂਟ ਕਰਨਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਤਾਂ ਇਨਸਾਫ ਦੇਣ ਲਈ ਸਰਕਾਰ ਬਣਦੀ ਆ ਨਾ ਸਰਕਾਰਾਂ ਲੋਕ ਕਿਉਂ ਚੁਣਦੇ ਨੇ ਕਿ ਉਹਨਾਂ ਨੂੰ ਅੱਛਾ ਪ੍ਰਸ਼ਾਸਨ ਮਿਲੇ अच्छੀਆਂ سہولتਾਂ ਮਿਲਣ ਆਚੀ ਐਜੂਕੇਸ਼ਨ ਮਿਲੇ ਅੱਛਾ ਜਿਹੜਾ ਹੈਗਾ ਟ੍ਰਾਂਸਪੋਰਟੇਸ਼ਨ ਦੇ ਸਾਧਨ ਹੋਣ ਅੱਛਾ ਹੈਲਥ ਸੈਕਟਰ ਹੋਵੇ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਤਾਂ ਤੁਰੰਤ ਉਹਨਾਂ ਨੂੰ ਇਲਾਜ ਹੋ ਜਾਏ ਸੋ ਇਹਨਾਂ ਦੇ ਲਈ ਜੇਕਰ ਕੋਈ ਸੁਝਾਅ ਦੇ ਰਿਹਾ ਤਾਂ ਵਿਧਾਨ ਸਭਾ ਚ ਚੁਣਿਆ ਹੈ ਕਿ ਨਮਾਇੰਦਾ ਦੇ ਰਿਹਾ ਤਾਂ ਉਹ ਤੇ ਸੁਝਾਅ ਲੈਣੇ ਚਾਹੀਦੇ ਨੇ ਔਰ ਸਰਕਾਰ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਸੋ ਇੱਥੇ ਤਾਂ ਇਹ ਹੋ ਗਿਆ ਜਿੱਦੀ ਸਰਕਾਰ ਆ ਜਾਂਦੀ ਆ ਉਹ ਆਪਣੇ ਦਿਨ ਕੱਟੀ ਕਰਦਾਗਾ ਉਹ ਲਗਾਤਾਰ ਇਹ ਸੋਚਦਾਗਾ ਕੇ ਵਿਧਾਨ ਸਭਾ ਦਾ ਸੈਸ਼ਨ ਘੰਟਿਆਂ ਦਾ ਹੋਵੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਈਏ ਤੇ ਲੁੱਟিয়ে ਲੁੱਟ ਕੇ ਜਾ ਕੇ 5 ਸਾਲ ਰਾਜ ਕਰੀਏ ਭਾਜੀਏ ਫਿਰ ਆਈਏ ਸੁਹਾਵਾਦੀ ਪਾਰਟੀ ਬਿਲਕੁਲ 100% ਲਾਈਵ ਟੈਲੀਕਾਸਟ ਕਰੂਗੀ ਔਰ ਪੰਜਾਬ ਦੇ ਹਰ ਇੱਕ ਵਿਧਾਇਕ ਨੂੰ ਆਪਣੇ ਹਲਕੇ ਦੀ ਗੱਲ ਰੱਖਣ ਦਾ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਹੱਕ ਦਿਆਂਗੇ ਉਹ ਕੱਲ ਫਿਰ ਰਹਿ ਗਈ ਵਿੱਚ ਵੀ ਮਿਨਿਮਮ 15 ਦਿਨ ਦਾ ਜਰੂਰ ਹਾਂ ਬਿਲਕੁਲ ਬਿਲਕੁਲ ਮੈਂ ਕਹਿੰਦਾ 15 ਦਿਨ ਦਾ ਹੋਊਗਾ ਜੀ ਬਿਲਕੁਲ 100% 15 ਦਿਨ ਦਾ ਹੋਊਗਾ ਔਰ ਮੈਂ ਸਮਝਦਾ ਪੁਰਾਣੇ ਸਮਿਆਂ ਦੇ ਵਿੱਚ 15 ਦਿਨ ਦੇ ਨਹੀਂ ਮਹੀਨੇ-ਮਹੀਨੇ ਦੇ ਸੈਸ਼ਨ ਹੁੰਦੇ ਸੀਗੇ ਔਰ ਲੰਬੀਆਂ ਡਿਸਕਸ਼ਨਸ ਹੁੰਦੀਆਂ ਸੀ ਆਮਾ ਦੀ ਪਾਰਟੀ ਕਮਿਟ ਕਰਦੀ ਕਿ 100% ਕਰਾਂਗੇ ਇਹ ਸੀਗੇ ਹਰਪਾਲ ਚਿਮਾ ਜੀ ਜਿਨ੍ਹਾਂ ਨੇ ਅੱਜ ਆਸ਼ਵਾਸ਼ਣ ਦਿੱਤਾ ਹੈ ਵੀ ਜੇ ਜਦੀ ਪੰਜਾਬ ਵਿੱਚ 2022 ਦੇ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੱਤਰ ਹੈ ਮਿਨੀਮਮ 15 ਦਿਨ ਦਾ ਹੋਏਗਾ ਔਰ ਹਰੇਕ ਜਿਹੜਾ ਵਿਧਾਇਕ ਆ ਉਹਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਔਰ ਵਿਰੋਧੀ ਧਿਰ ਦੇ ਅਗਰ ਕੋਈ ਵਿਧਾਇਕ ਦਾ ਕੋਈ ਅੱਛਾ ਸੁਝਾਅ ਆਂਦਾ ਤਾਂ ਸਰਕਾਰ ਉਸ ਦੇ ਉੱਤੇ ਅਮਲ ਜ਼ਰੂਰ ਕਰੇਗੀ ਹੁਣ ਦੇਖਣਾ ਇਹ ਹੈ ਵੀ ਚਿਮਾ ਸਾਹਿਬ ਦੀ ਗੱਲ ਕਿੰਨੀ ਕੁ ਸੱਚੀ ਸਾਬਤ ਹੁੰਦੀ ਆ ਕਿਉਂਕਿ ਇਹੀ ਗੱਲ ਕਾਲੀ ਬੀਜੇਪੀ ਸਰਕਾਰ ਵੱਲੇ ਕਾਂਗਰਸ ਕਰਦੀ ਹੁੰਦੀ ਸੀ ਕਾਂਗਰਸ ਨੇ ਇਹ ਮੁੱਦਾ ਕਈ ਵਾਰੀ ਚੱਕਿਆ ਔਰ ਇਸ ਦੇ ਲਈ ਬਕਾਇਦਾ ਵਿਧਾਨ ਸਭਾ ਦੇ ਅੰਦਰ ਧਰਨੇ ਵੀ ਦਿੱਤੇ ਨੇ ਪਾਰ ਹੋ ਆਪਣੀ ਗੱਲ ਤੇ ਖਰੀ ਨਹੀਂ ਉਤਰੀ ਹੁਣ ਅਸੀਂ ਜਿੰਮਾ ਸਾਹਿਬ ਨੂੰ ਦੇਖਦੇ ਆਂ ਵੀ ਇਹ ਆਪਣੀ ਗੱਲ ਤੇ ਕਿੰਨਾ ਖਰਾਬ ਉਤਰਦੇ ਨੇ ਮੈਂ ਦਿਨੇਸ਼ ਕੋਲ ਕੈਮਰਾਮੈਨ 우ਮਾ ਯਾਦ ਦੇ ਨਾਲ ਥੈਂਕਸ ਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460